सड़कों के उत्ते कट्टण लई मजबूर ने, नरक वर्गा जीवन इदां दे साडे परिवारक मैंबरां दे विच असीं कोशिश करांगे ਇਸਪਾਲ ਸਿੰਘ ਕਾਲੇ ਵੀਰ ਨੂੰ ਵੀ ਅਸੀਂ ਆਪਣੇ ਪਰਿਵਾਰ 'ਚ ਸ਼ਾਮਿਲ ਕਰ ਸਕੀਏ। ਪਿੰਡ ਦੇ ਮੋਹਤਬਾਰ ਵੀਰ ਖੜੇ ਨੇ, ਸਰਪੰਚ ਸਾਹਿਬ ਖੜੇ ਨੇ, ਵੀਰ ਜੀ ਸਾਹਮਣੇ ਘਰ ਆ ਇਹਨਾਂ ਦਾ ਬਿਲਕੁਲ। ਬਾਈ ਜੀ ਹੁਣੀ, ਬਾਈ ਤੁਹਾਡਾ ਕੀ ਨਾਂ? ਅਮਰੀਕ ਸਿੰਘ ਬਾਈ ਜੀ ਹੁਣੀ ਮੈਂਬਰ ਪੰਚਾਇਤ ਨੇ ਅਤੇ ਇਹ ਵੀਰ ਹੁਣੀ ਸਾਰੇ ਇੱਧਰ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਵੀ ਆਹੀ ਨਗਰ ਆ? ਠੀਕ ਆ ਬਾਈ ਜੀ, ਅਤੇ ਇਹ ਬਾਈਆਂ ਨਾਲ ਵੀ ਅਸੀਂ ਗੱਲ ਕੀਤੀ ਆ। ਬੱਗਾ ਸਿੰਘ ਆ ਜਾਓ ਵੀਰੇ, 2 ਮਿੰਟ ਆ ਜਾ ਵੀਰੇ, ਆ ਜਾ। आ जा भीरे, आ जा। ओए आ जा भाई, गुस्सा ना कर, आ जा। ते परिवार नहीं समझ पाता क्योंकि जदों ये वीर मैंटली अपसैट होया सी अज तो 15-16 साल पहला, उदों ना तो इदां दे इलाज सी। एक कल्ला मैंटल हॉस्पिटल हुंदा सी अमृतसर दे विच, उत्थे तक हरेक की पहुँच नहीं सी हुंदी ते ना कोई दिमाग वाले चंगे डॉक्टर मिलते सी। हुण तरक्की बड़ी कर ली है साइंस ने, दवाइयां बड़ियां चंगियां आ गईयां, बड़े चंगे डॉक्टर भी आ गए ने। असीं यही गल परिवार नूं समझाउणा चाहुंदे आ वी हुण बन्न के रखणा कोई हल नहीं। अज दा इंसान चंद ते पहुँच गया, मंगल ग्रह ते पहुँच गया, ते अज आपां इहदी वीर दी जे आपां बन्न के इस तरह की जिंदगी इहनूं दिंदे आ तां उह किते ना किते जायज़ नहीं हैगी। भरा वा दो, चलो भरा नाल दे जम्मे हुंदे आ, दूजा भरा तां बाहर है कि दसदे ने बाई हुणी वधिया घरों वसदा हसदा। जर्मन च रहिंदा जी, उह जर्मन दे विच रहिंदा बाई उह। ते यानी कि असीं इहनां नूं अज इही बेनती करन आए आ वी असीं तुहाडे नाल खड़ांगे, मदद करांगे, इहदी इलाज करावांगे, आपां इहनूं दवाई दवावांगे। जिथों तों नहीं संभाल हुंदा असीं कोले वी रख लांगे कुछ समां, तुसीं साडा साथ दिओ। पर इहनूं बन्न के रखणा कोई इहदा हल नहीं हैगा। इह ते संगत नूं वी असीं बेनती करदे आ ਵੀ ਜੇ ਤੁਹਾਡੇ ਆਸ ਪਾਸ ਵੀ ਕੋਈ ਇੱਦਾਂ ਦੇ ਇਨਸਾਨ ਹੁੰਦੇ ਆ, ਅਸੀਂ ਦਵਾਈਆਂ ਦਵਾਉਂਦੇ ਹਾਂ। ਜਿਵੇਂ ਤੁਹਾਨੂੰ ਪਤਾ, ਹਰ ਮਹੀਨੇ ਕੈਂਪ ਲਾਉਂਦੇ ਹਾਂ, 2 ਮੰਗਲਵਾਰ ਪਹਿਲੇ ਅਤੇ 3 ਮੰਗਲਵਾਰ ਕੈਂਪ ਲੱਗਦਾ ਸਾਡੇ ਕੋਲ। ਤੁਸੀਂ ਆਪਣੇ ਆਸ ਪਾਸ ਇੱਦਾਂ ਦੇ ਕਾਲੇ ਵੀਰ ਵਰਗੇ ਜਿਹੜੇ ਲੋਕ ਸੰਗਲਾਂ ਨਾਲ ਬੰਨ੍ਹ ਰੱਖੇ ਆ, ਉਹਨਾਂ ਨੂੰ ਲੈ ਕੇ ਆਓ। ਅਸੀਂ ਉਹਨਾਂ ਦਾ ਇਲਾਜ ਸ਼ੁਰੂ ਕਰਵਾਵਾਂਗੇ, ਦਵਾਈ ਦਵਾਵਾਂਗੇ, ਅਸੀਂ ਸਾਥ ਦੇਵਾਂਗੇ। ਤੁਸੀਂ ਸਾਡੇ ਕੋਲ 1-2 ਮਹੀਨੇ ਰਹਿਣਾ ਚਾਹੁੰਦੇ ਹੋ, ਨਾਲ ਉਹਨਾਂ ਦੇ ਇੱਕ ਪਰਿਵਾਰ ਦਾ ਮੈਂਬਰ ਰਹਿ ਪਵੇ, ਕੋਈ ਕਿਸੇ ਦਾ ਫਾਦਰ ਰਹਿ ਸਕਦਾ, ਕਿਸੇ ਦਾ ਭਰਾ ਰਹਿ ਸਕਦਾ, ਸਾਡੇ ਕੋਲ ਰਹਿ ਕੇ ਆਪਾਂ ਉਹਨਾਂ ਦਾ ਇਲਾਜ, ਉਹਦੀ ਦਵਾਈ ਦਾਰੂ ਸ਼ੁਰੂ ਹੋਊਗੀ। 2-3 ਮਹੀਨਿਆਂ ਦੇ ਵਿੱਚ ਬੰਦਾ ਸ਼ਾਂਤ ਹੋ ਜਾਂਦਾ, ਚਾਹੇ ਜਿੰਨਾ ਮਰਜ਼ੀ ਅਗਰੈਸਿਵ ਹੋਵੇ, ਜਿੰਨਾ ਮਰਜ਼ੀ ਗੁੱਸੇ 'ਚ ਆਉਂਦਾ ਹੋਵੇ। ਇਸੇ ਤਰ੍ਹਾਂ ਹੀ ਕਾਲਾ ਵੀਰ ਵੀ ਠੀਕ ਹੋ ਸਕਦਾ, ਇਹਨਾਂ ਸੰਗਲਾਂ ਤੋਂ ਆਜ਼ਾਦ ਹੋ ਸਕਦਾ, ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਦੇ ਭਰਾ ਨਾਲ ਗੱਲ ਕਰਨ ਦੀ। ਸ਼ਾਇਦ ਉਹ ਕਿਸੇ ਗੱਲੋਂ ਨਾਰਾਜ਼ ਆ ਜਾਂ ਗੁੱਸੇ 'ਚ। ਆਇਆ ਯਾਰ ਬੱਗੇ ਬਾਈ, ਆ ਜਾ ਵੀਰੇ, ਆ ਜਾ, ਆ ਜਾ ਬਾਈ, ਗੁੱਸਾ ਨਾ ਕਰ ਯਾਰ ਤੂੰ। ਓਏ ਆ ਜਾ ਬਾਪੂ, ਆ ਜਾ। ਐਤਵਾਰ ਨੂੰ ਤੂੰ ਕਹਿੰਦਾ, ਕੋਈ ਗੱਲ ਨਹੀਂ, ਤੂੰ ਐਤਵਾਰ ਨੂੰ ਕਹਿੰਦਾ, ਆਪਾਂ ਐਤਵਾਰ ਨੂੰ ਕਹਿੰਦਾ। ਦੱਸੋ ਕੀ ਚਾਹੁੰਦੇ ਹੋ ਤੁਸੀਂ, ਦੱਸੋ ਕਿਵੇਂ ਚਾਹੁੰਦੇ ਹੋ, ਉਵੇਂ ਕਰ ਲਾਂਗੇ। ਅੱਛਾ, ਕਰ ਲਓ ਕਰ ਲਓ ਕੋਈ। ਅਸੀਂ ਦੇਖੋ ਬੱਗੇ ਵੀਰੇ, ਅਸੀਂ ਤੇਰੇ ਕੋਈ, ਮੈਂ ਤੈਨੂੰ ਪਹਿਲਾਂ ਕਿਹਾ ਸੀ ਤੇਰੇ ਦੁੱਖੀ ਨੇ, ਜਿਗਰੇ ਨਾਲ ਗੱਲ ਕਰ। ਇਹ ਬਾਈ ਦੀ ਆਪਾਂ ਅਸੀਂ ਚਾਹੁੰਦੇ ਇਹਦੀ ਜ਼ਿੰਦਗੀ ਥੋੜ੍ਹੀ ਬਦਲ ਜਾਵੇ ਯਾਰ, ਹੋਰ ਸਾਡਾ ਕੋਈ ਮਕਸਦ ਨਹੀਂ ਭਰਾਵਾ। ਅਸੀਂ ਕੋਈ ਤੇਰੀ ਕੋਈ ਤੇਰਾ ਨੁਕਸਾਨ ਕਰਨ ਨਹੀਂ ਆਏ, ਅਸੀਂ ਤੇਰਾ ਕੋਈ ਮਾੜਾ ਕਰਨ ਨਹੀਂ ਆਏ। ਅਸੀਂ ਇਹ ਕਹਿੰਦੇ ਬੱਗੇ ਸਿਆਂ, ਜੇ ਤੇਰੀ ਥਾਂ ਤੇ ਮੈਂ ਹੁੰਦਾ ਨਾ, ਸ਼ਾਇਦ ਮੈਂ ਵੀ ਇੱਦਾਂ ਹੀ ਕਰਦਾ ਯਾਰ, ਅਸੀਂ ਵੀ ਇੱਦਾਂ ਹੀ ਕਰਦੇ ਸ਼ਾਇਦ ਯਾਰ। ਇਕੱਲਾ ਕੀ ਕਰ ਲੇਗਾ ਤੂੰ? ਆਂਢ ਗੁਆਂਢ ਦੇ ਲੋਕ ਦੱਸਦੇ ਵੀ ਤੂੰ ਇੱਟਾਂ ਮਾਰਦਾ, ਇਹ ਇਹਨਾਂ ਦੇ ਘਰ ਤੱਕ ਇੱਟਾਂ ਜਾਂਦੀਆਂ, ਹੁਣ ਕੀ ਕਰੂ? ਪਰ ਮਜਬੂਰੀ ਹੈ ਇਹਦੀ, ਨਹੀਂ ਨਹੀਂ ਬਿਲਕੁਲ, ਤੂੰ ਵਧੀਆ ਸਾਫ਼ ਰੱਖਿਆ ਹੋਇਆ ਕਮਰਾ, ਕੋਈ ਐਂ ਨਹੀਂ ਕਹਿੰਦੇ। ਅਸੀਂ ਲੈਟਰੀਨ ਪਾਣੀ ਚੱਕਦਾ ਕਮਰੇ 'ਚ, ਕੋਈ ਗੰਦ ਨਹੀਂ ਹੈਗਾ, ਅਸੀਂ ਇਹ ਗੱਲ ਨੂੰ ਮੰਨਦੇ ਹਾਂ। ਅਸੀਂ ਤੈਨੂੰ ਮਾੜਾ ਨਹੀਂ ਕਹਿਣ ਦੇ ਬਾਈ, ਤੈਨੂੰ ਪਹਿਲਾਂ ਹੀ ਆ ਕੇ ਇਹ ਗੱਲ ਕਹੀ ਆ। ਤੇਰਾ ਭਰਾ ਵਾ, ਕੀ ਨਾਂ ਉਹਦਾ ਬਾਈ ਦਾ, ਜਿਹਦੀ ਮੈਂ ਵੀਡੀਓ ਦਿਖਾਈ ਤੁਹਾਨੂੰ, ਆ ਜਿਹਨੇ ਰੇਸ਼ਮ ਸਿੰਘ, ਉਹਨਾਂ ਨੇ ਸਾਨੂੰ ਬਾਈ ਵੀਡੀਓ ਭੇਜੀ ਸੀਗੀ, ਅਸੀਂ ਤਾਂ ਆਏ ਹਾਂ। ਅਸੀਂ ਕੋਈ, ਸਾਨੂੰ ਦੁੱਖ ਲੱਗਿਆ ਇਸ ਗੱਲ ਦਾ ਵੀ ਯਾਰ ਇੱਕ ਬੰਦੇ ਨੂੰ ਅਸੀਂ ਮਦਦ ਕਰ ਸਕਦੇ ਹਾਂ, ਅਸੀਂ ਤਾਂ ਆਏ ਹਾਂ। ਸਾਡੇ ਕੋਲ ਬਾਈ 250 ਬੰਦਾ, ਤੂੰ ਤਾਂ ਖੜ ਕੇ ਗੱਲ ਤਾਂ ਸੁਣਨਾ, ਅਸੀਂ ਤੈਨੂੰ ਦਿਖਾ ਸਕਦੇ ਹਾਂ। ਇਦੋਂ ਵੀ ਮਾੜੇ ਹਾਲਾਤਾਂ ਦੇ ਵਿੱਚ ਅਸੀਂ ਬੰਦਿਆਂ ਨੂੰ ਲੈ ਕੇ ਆਉਂਦੇ ਹਾਂ, ਅਸੀਂ ਤਾਂ ਹਾਲਾਤ ਫਿਰ ਵੀ ਠੀਕ ਆ। ਤੁਸੀਂ ਸਾਫ਼ ਸੁਥਰੀ ਜ਼ਿੰਦਗੀ ਦਿੱਤੀ, ਇਹਨੂੰ ਐਂ ਨਹੀਂ ਹੈਗਾ ਵੀ ਇਹ, ਉਹ ਤਾਂ ਮਲਮੁੱਤਰ ਹੀ ਖਾਈ ਜਾਂਦੇ ਲੋਕ, ਤਾਂ ਆਪਦੀ ਲੈਟਰਿੰਗ ਕਰਕੇ ਵੀ ਖਾ ਜਾਂਦੇ ਇੰਨੇ ਮਾੜੇ ਹਾਲਾਤਾਂ 'ਚ। ਅਰੇ ਆ ਪੰਮਾ, ਅਸੀਂ ਹੁਸ਼ਿਆਰਪੁਰ ਤੋਂ ਛੁਡਾਇਆ ਸੀ, ਇਹਦੇ ਲੱਕ ਨੂੰ ਐਂ ਜਿੰਦੇ ਲੱਗੇ ਹੋਏ ਸੀ ਸੰਗਲਾਂ ਦੇ, ਐਡੇ ਐਡੇ ਮੋਟੇ।
ਤੇ ਆ ਰਸੋਈ ਦੇ ਵਿੱਚ ਬੰਨਿਆ ਹੋਇਆ ਸੀ ਉਹ ਛੋਟੀ ਜਿਹੀ ਇੱਕ ਨਿੱਕੀ ਜਿਹੀ ਨਾ ਕਮਰੇ ਦੇ ਬਾਥਰੂਮ ਜਿੱਡੀ ਰਸੋਈ ਸੀ ਆ ਬੰਨਿਆ ਹੋਇਆ ਸੀ ਉੱਥੇ ਲੱਕ ਨੂੰ ਰੱਸਾ ਪਾ ਕੇ ਸੰਗਲ ਪਾ ਕੇ ਕਮਰੇ ਦੇ ਵਿੱਚ ਬਾਈ ਉਹਦੀ ਲੈਟਰੀਨ ਦੇ ਢੇਰ ਲੱਗੇ ਪਏ ਸੀ ਸੁੱਕੀ ਪਈ ਸੀ ਲੈਟਰੀਨ ਤੇ ਅੱਜ ਇਹ ਬੰਦਾ ਸਾਡੇ ਕੋਲ ਰਹਿੰਦਾ ਬਾਈ ਬਸ ਜਮਾਂ ਠੀਕ ਆ ਜਾਂ ਦਵਾਈ ਦੇ ਨਾਲ ਬੰਨ ਕੇ ਰੱਖਣਾ ਕੋਈ ਹੱਲ ਤਾਂ ਨੀ ਗਾ ਆਹ ਬੰਦੇ ਨੂੰ ਆਹ ਹਾਲਾਤ ਚ ਲੈ ਕੇ ਆਏ ਸੀ ਅਸੀਂ ਇਹ ਹੁਣ ਜਮਾਂ ਠੀਕ ਆ ਬੰਦਾ ਸਾਡੇ ਕੋਲ ਰਹਿੰਦਾ ਜਿਹੜੇ ਆਹ ਬੰਦਾ ਸੰਗਲ ਨਾਲ ਬੰਨਿਆ ਹੋਇਆ ਸੀ ਸਰਸਾ ਨੰਗਲ ਤੋਂ ਲੈ ਕੇ ਆਈ ਵਿਛੋੜਾ ਸਾਹਿਬ ਗੁਰਦੁਆਰਾ ਸਾਹਿਬ ਆ ਜਿੱਥੇ ਉੱਥੋਂ ਆਹ ਸੋਨੀ ਆ ਮੁੰਡਾ ਇਹ ਘਰੇ ਸੰਗਲਾਂ ਨਾਲ ਬੰਨੇ ਹੋਏ ਤੇ ਕਿਹੜੇ ਕਿਹੜੇ ਮੋਟੇ ਸੰਗਲ ਲਾਏ ਹੋਏ ਸੀ ਇਹਨੂੰ ਵੀ ਇਹਦੀ ਮੰਮੀ ਤੇ ਡੈਡੀ ਵਿਚਾਰੇ ਠੀਕ ਨਹੀਂ ਸੀ ਦਿਮਾਗੀ ਤੌਰ 'ਤੇ ਇਹ ਵੀਰ ਸਾਡੇ ਕੋਲ ਰਹਿੰਦਾ ਹੁਣ ਅਸ਼ ਪ੍ਰੇਮ ਸ਼ਰਮਾ ਆ ਦੇਖਿਆ ਜਿਹੜੀਆਂ ਜੱਟਾਂ ਸੀ ਇਹਦੇ ਇਹਦੇ ਭਰਾਵਾਂ ਨੇ ਵੀ ਇਹਨੂੰ ਡੰਗਰਾਂ ਦੇ ਨਾਲ ਬੰਨਿਆ ਹੋਇਆ ਸੀ ਆ ਦੇਖ ਉੱਥੇ ਮੱਝਾਂ ਬੰਨੀਆਂ ਗਾਵਾਂ ਉੱਥੇ ਇਹ ਬੰਨਿਆ ਸੀ ਤੁਸੀਂ ਤਾਂ ਫਿਰ ਵੀ ਸਾਂਭਿਆ ਹੋਇਆ ਉਹਦੀ ਤਾਂ ਐਡੇ ਐਡੀਆਂ ਲੰਬੀਆਂ ਜੱਟਾਂ ਸੀ ਬਾਈ ਉਹ ਆਪਦੀ ਲੈਟਰੀਨ ਕਰਕੇ ਵੀ ਆਪ ਹੀ ਖਾ ਲੈਂਦਾ ਸੀ ਵਿਚਾਰਾ ਇੰਨਾ ਮੈਂਟਲ ਸੀ ਯਾਰ ਆਹ ਹਾਲਾਤ ਸੀ ਉਹਦੇ ਇੱਦਾਂ ਸੰਗਲ ਲੱਗੇ ठीक हो जाऊगा बंदा थोड़ा यार हाँ तू मैं दस इधर आ जा भी उन्होंने आ जा भी अज ही लैके जाइए असी जा की करना दस नाल चलेंगे तू साडे ਕਿਵੇਂ ਚਾਹਣਾ ਮੇਰੇ ਘਰ ਵਿੱਚ ਠੀਕ ਨਹੀਂ ਲੱਤ ਖਰਾਬ ਮੈਂ ਤਾਂ ਹੁਣ ਡੰਗਰਾਂ ਟਾਈਮ ਚੋਣ ਦਾ ਹੋ ਗਿਆ ਠੀਕ ਆ ਕੋਈ ਗੱਲ ਨਹੀਂ ਠੀਕ ਆ ਆਪਾਂ ਕਿੱਦਣ ਦਾ ਰੱਖ ਦੱਸ ਕਿੱਦਣ ਦਾ ਰੱਖੋ ਰੱਖ ਲਓ ਐਤਵਾਰ ਚੱਲ ਆਹੋ ਅੱਜ ਕੀ ਦਿਨ ਹੋ ਗਿਆ ਜੀ ਵੀਰਵਾਰ ਅੱਜ ਨਾ ਚਲੋ ਐਤਵਾਰ ਨੂੰ ਆ ਜਾਓ ਤੁਸੀਂ ਸਰਪੰਚ ਸਾਹਿਬ ਨੂੰ ਨਾਲ ਆਇਓ ਪਰ ਜੇ ਐਤਵਾਰ ਦੀ ਥਾਂ ਤੇ ਜੇ ਤੁਸੀਂ ਸੋਮਵਾਰ ਨੂੰ ਲੈ ਆਓ ਕਿਉਂਕਿ ਐਤਵਾਰ ਨੂੰ ਡਾਕਟਰ ਨਹੀਂ ਮਿਲਣਾ ਸੋਮਵਾਰ ਦਾ ਕਰ ਲਓ ਜਾਂ ਸ਼ਨੀਵਾਰ ਦਾ ਕਰ ਲਓ ਆਪਾਂ ਸੋਮਵਾਰ ਦਾ ਕਰ ਲਓ ਸੋਮਵਾਰ ਨੂੰ ਇੱਕ ਦਿਨ ਕੋਈ ਫਰਕ ਨਹੀਂ ਪੈਂਦਾ ਬਾਈ ਜਿੱਥੇ ਇੰਨੇ ਸਾਲ ਹੋ ਗਏ ਤੇ ਬੰਦਾ ਠੀਕ ਹੋ ਸਕਦਾ ਬਾਈ ਇਹ ਜਮਾਂ ਠੀਕ ਆ ਬਿਲਕੁਲ ਅਸੀਂ ਦੇਖ ਲਿਆ ਕੋਈ ਚੱਕਰ ਨਹੀਂ ਗਾ ਤੇ ਜੀ ਹੁਣ ਇਹਨੂੰ ਆਪਾਂ ਖੋਲਦੇ ਹਾਂ ਭੱਜ ਲੈਂਦਾ ਫਿਰ ਨੀਂਦ ਪੂਰੀ ਹੋ ਜਾਂਦੀ ਹੈ ਨੀਂਦ ਕਰ ਲੈਂਦਾ ਹੁਣ ਜਦੋਂ ਰਾਤ ਨੂੰ ਸੁੱਤਾ ਫਿਰ ਦਿਨ ਨੂੰ ਸੁੱਤਾ ਰਹਿਣਾ ਆ ਸੌ ਜਾਂਦਾ ਰੋਟੀ ਰਾਟੀ ਪੂਰੀ ਖਾ ਲੈਂਦਾ ਚਾਹ ਪੀਂਦਾ ਜਾਣੀ ਦੋ ਟਾਈਮ ਜਾਣੀ ਜਿਹੜੀ ਅਸੀਂ ਘਰ ਚੀਜ਼ ਬਣਾਈ ਹੁੰਦੀ ਉਹ ਸਰੀਰ ਨੂੰ ਚੀਜ਼ ਦੇਖ ਕੇ ਲਾ ਕੇ ਥੋੜਾ ਫਰਕ ਨਹੀਂ ਪੈਂਦਾ ਨਹੀਂ ਚਲੋ ਉਹ ਤਾਂ ਦਿੰਦਾ ਹੀ ਹੈ ਬਾਈ ਉਹਦੀ ਸਿਹਤ ਦੱਸਦੀ ਹੈ ਯਾਰ ਅਸੀਂ ਜਿਹੜੇ ਬੰਦੇ ਹਾਂ ਇਸ ਤਰੀਕੇ ਨਾਲ ਰੱਖੇ ਹੁੰਦੇ ਉਹ ਪਤਾ ਲੱਗਦਾ ਹੁੰਦਾ ਉਹਨਾਂ ਦੀਆਂ ਇਹਦਾ ਸਿਹਤ ਦੱਸਦੀ ਹੈ ਮੈਨੂੰ ਖੁਰਾਕ ਮਿਲਦੀ ਅਸੀਂ ਤੈਨੂੰ ਮਾੜਾ ਤਾਂ ਹੀ ਤਾਂ ਵੀਰੇ ਬੱਗਾ ਸਿਆ ਸਾਡਾ ਇੱਕੋ ਹੀ ਮਕਸਦ ਆ ਜੇ ਆਪਾਂ ਸਾਡੇ ਕੋਲ ਕੋਈ ਚੀਜ਼ ਵਾਧੂ ਪਈ ਖਰਾਬ ਹੋਈ ਜਾਂਦੀ ਹੋਵੇ ਤੇ ਇੱਕ ਬੰਦਾ ਭੁੱਖਾ ਮਰਦਾ ਹੋਵੇ ਉਹ ਗੱਲ ਆ ਸਾਡੇ ਕੋਲ ਅਸੀਂ ਚਾਹੁੰਦੇ ਵੀ ਇਹਦਾ ਟ੍ਰੀਟਮੈਂਟ ਹੈਗਾ ਵੀ ਇਹ ਬੰਦਾ ਠੀਕ ਹੋ ਸਕਦਾ ਤੂੰ ਇਹਦੀ ਇੱਥੇ ਨਰਕ ਭੋਗ ਰਿਹਾ ਨਾਲੇ ਤੂੰ ਨਾਲੇ ਇਹ ਭੋਗ ਰਿਹਾ ਅਸੀਂ ਤਾਂ ਆਏ ਹਾਂ ਵੀ ਆਪਾਂ ਇਹਦਾ ਹੱਲ ਕੱਢ ਲਈਏ ਕੋਈ ਨਾ ਕੋਈ ਅਸੀਂ ਬਾਈ ਨਹੀਂ ਅਸੀਂ ਲੁਧਿਆਣੇ ਰਹਿੰਦੇ ਹਾਂ ਸਾਨੂੰ ਪਾਲਾ ਆਉਣ ਦਾ ਕੀ ਲੋੜ ਸੀ ਇੱਥੇ ਲੁਧਿਆਣੇ ਜਲੰਧਰ 'ਚ ਠੀਕ ਆ ਅਸੀਂ ਚੰਗੇ ਲਈ ਆਏ ਹਾਂ ਚੰਗੀ ਸੋਚ ਰੱਖ ਮੇਰੇ ਭਰਾ ਤੇ ਕਿਤੇ ਇਹ ਵੀ ਨਾ ਸੋਚੀ ਵੀ ਸਰਪੰਚ ਨੇ ਬੁਲਾਇਆ ਸਾਨੂੰ ਇਹ ਵੀ ਬਾਅਦ 'ਚ ਸਾਨੂੰ ਇੱਥੇ ਮਿਲ ਗਿਆ ਕਈ ਵਾਰੀ ਬੰਦੇ ਦੇ ਦਿਮਾਗ 'ਚ ਹੁੰਦਾ ਵੀ ਗੁਆਂਢੀਆਂ ਨੇ ਸੱਦ ਲਿਆ ਹੀ ਜਾਣ ਕੇ ਜਿਵੇਂ ਹੁਣ ਤੂੰ ਕਹਿੰਦਾ ਵੀ ਸੀਗਾ ਤੇ ਭਰਾਵਾ ਅਸੀਂ ਤਾਂ ਉਹ ਬਾਈ ਨੇ ਤੇਰੇ ਰੇਸ਼ਮ ਸਿੰਘ ਬਾਈ ਨੇ ਸਾਨੂੰ ਦੱਸਿਆ ਸੀ ਉਹ ਬੰਦਾ ਤੁਹਾਡਾ ਉਹ ਵੀ ਉਹਨੇ ਵੀ ਦੱਸਿਆ ਕਹਿੰਦਾ ਮੇਰਾ ਭਰਾ ਮਾਤੜਾ ਕਹਿੰਦਾ ਉਹ ਮਦਦ ਕਰ ਨਹੀਂ ਪਾ ਰਿਹਾ ਉਹਦੀ ਉਹ ਚਾਹੁੰਦਾ ਵਾ ਵੀ ਪਰ ਉਹ ਗਰੀਬੀ ਕਰਕੇ ਹੱਲ ਨਹੀਂ ਹੋ ਸਕਦਾ ਕਹਿੰਦਾ ਮੈਂ ਬਾਹਰ ਹਾਂ ਮੇਰੇ ਤੋਂ ਵੀ ਨਹੀਂ ਮਦਦ ਉਹ ਵੀ ਬਿਮਾਰ ਬਮੂਰ ਹੋ ਗਿਆ ਸੀ ਪਿੱਛੇ ਜਿਹੇ ਕਹਿੰਦਾ ਮੈਂ ਕਾਫੀ ਬਿਮਾਰ ਰਿਹਾ ਇਸ ਕਰਕੇ ਅਸੀਂ ਤਾਂ ਅੱਜ ਆਏ ਹਾਂ ਅਸੀਂ ਦੋ ਵਾਰੀ ਮੁੜ ਗਏ ਹਾਂ ਇੱਥੋਂ ਪਹਿਲਾਂ ਵੀ ਸਾਡੇ ਕੋਲ ਤੁਹਾਡਾ ਸੰਪਰਕ ਕਿਸੇ ਦਾ ਹੈ ਨਹੀਂ ਸੀਗਾ 6 ਮਹੀਨੇ ਪਹਿਲਾਂ ਮੁੜ ਕੇ ਗਏ ਹਾਂ ਇੱਕ ਅਸੀਂ 3 ਕੁ ਮਹੀਨੇ ਪਹਿਲਾਂ ਵੀ ਇੱਕ ਵਾਰੀ ਉਦੋਂ ਕੁਦਰਤੋਂ ਹੈ ਨਹੀਂ ਸੀ ਸਾਡੇ ਕੋਲ ਅੰਨ ਪਾਣੀ ਅਤੇ ਤੇਰੇ ਕੋਲ ਨਹੀਂ ਆ ਸਕੇ ਅਸੀਂ ਠੀਕ ਆ ਅਤੇ ਚਲੋ ਹਾਂਜੀ ਨਹੀਂ ਕੋਈ ਮਦਦ ਨਹੀਂ ਵੀਰੇ ਬਸ ਇੰਨੀ ਹੀ ਆ ਮਦਦ ਵੀ ਤੁਸੀਂ ਇਹਦਾ ਸਾਥ ਦਿਓ ਇਹਦੇ ਨਾਲ ਲੈ ਆਏ ਉਹਨੂੰ ਹਾਂ ਨਹੀਂ ਨਹੀਂ ਕੋਈ ਮਸਲਾ ਨਹੀਂ ਬਾਈ ਤੁਹਾਡਾ ਭਰਾਵਾਂ ਦਾ ਬਸ ਇੰਨਾ ਹੀ ਬਹੁਤ ਆ ਤੁਸੀਂ ਹਾਂ ਬਸ ਇਹ ਬੰਦਾ ਕੱਲ੍ਹ ਨੂੰ ਦੇਖੋ ਪਿੰਡ ਦੇ ਵਿੱਚ ਬਾਈ ਚੰਗੇ ਕੱਪੜੇ ਪਾ ਕੇ ਦੁਬਾਰਾ ਉਵੇਂ ਘੁੰਮਣ ਲੱਗ ਜੇ ਬਾਈ ਉਹਦਾ ਵੀ ਦਿਲ ਤਾਂ ਇਹੀ ਚਾਹੁੰਦਾ ਅਤੇ ਅਸੀਂ ਸਮਝਦੇ ਹਾਂ ਬਾਈ ਤਕਲੀਫ ਤੇਰੀ ਬਾਈ ਪਰ ਅਸੀਂ ਇਹਦੇ ਨਾਲ ਨਾ ਆਪਾਂ ਕੁਛ ਚੰਗਾ ਕਰਾਂਗੇ ਮਾੜਾ ਨਹੀਂ ਕਰਾਂਗੇ
चलो जी इन साड़ियां बेनतियां जी, लाइव होने का साडा मकसद यही सीगा भी साडे समाज दे विच कई वारी इदां दे लोक आ जिहड़े ਉਹ ਅਣਜਾਣਤਾ ਦੇ ਕਾਰਨ ਜਾਂ ਕਹਿ ਦਈਏ ਅਵੇਅਰਨੈਸ ਦੀ ਘਾਟ ਦੇ ਕਾਰਨ ਕਿਤੇ ਨਾ ਕਿਤੇ ਉਹ ਇਲਾਜ ਤੋਂ ਬਿਨਾਂ ਰਹਿ ਜਾਂਦੇ ਨੇ। ਪਰ ਅਸੀਂ ਕੋਸ਼ਿਸ਼ ਕਰੀਦੀ ਜਿੱਥੇ ਵੀ ਕਿਤੇ ਸਾਤੋਂ ਮਹਾਰਾਜ ਸੇਵਾ ਲੈਂਦੇ ਨੇ ਪਰਿਵਾਰ ਦੀ ਸਹਿਮਤੀ ਨਾਲ। ਕੋਈ ਇਹ ਨਹੀਂ ਸਾਡਾ ਵੀ ਅਸੀਂ ਕੋਈ ਇਹਨਾਂ ਦੇ ਨਾਲ ਵਿਰੋਧਤਾ ਲਈ ਆਏ ਹਾਂ ਇਹਨਾਂ ਦੇ ਲਈ, ਇਹਨਾਂ ਨੇ ਵੀ ਸਾਡਾ ਸਾਥ ਦਿੱਤਾ ਇਸ ਗੱਲ ਲਈ। ਪਰ ਅੱਜ ਦੇ ਸਮੇਂ ਦੇ ਵਿੱਚ ਜੇ ਕੋਈ ਬੰਦਾ ਇੱਦਾਂ ਬੰਨਿਆ ਹੋਇਆ ਹੈਗਾ ਤਾਂ ਉਹਦਾ ਆਪਾਂ ਹੱਲ ਕਰ ਸਕਦੇ ਹਾਂ। ਤੁਸੀਂ ਆਪਣੇ ਆਸ ਪਾਸ ਖਿਆਲ ਰੱਖੋ, ਤੁਹਾਡੇ ਕੋਈ ਰਿਸ਼ਤੇਦਾਰੀ, ਤੁਹਾਡੇ ਕੋਈ ਪਿੰਡ 'ਚ ਕੋਈ ਇੱਦਾਂ ਦਾ ਇਨਸਾਨ ਹੈਗਾ। ਅਸੀਂ ਹਰ ਮਹੀਨੇ 2 ਕੈਂਪ ਲਾਉਂਦੇ ਹਾਂ, ਆਪਾਂ ਉਸ ਕੈਂਪ ਦੇ ਵਿੱਚ ਉਹਨੂੰ ਤੁਸੀਂ ਲੈ ਕੇ ਆਓ, ਆਪਾਂ ਉਹਦਾ ਇਲਾਜ ਸ਼ੁਰੂ ਕਰਵਾਵਾਂਗੇ। ਉਹ ਠੀਕ ਹੋ ਕੇ ਘਰ ਦਾ ਘੱਟੋ ਘੱਟ ਆਜ਼ਾਦ ਜ਼ਿੰਦਗੀ ਤਾਂ ਜਿਉਂ ਸਕਦਾ ਨਾ, ਕਿਉਂਕਿ ਹੁਣ ਦਿਮਾਗ ਦੀ ਦਵਾਈਆਂ ਬਹੁਤ ਚੰਗੀਆਂ ਦਵਾਈਆਂ ਆ ਚੁੱਕੀਆਂ ਵਾ। ਪਹਿਲਾਂ ਵਾਲਾ ਸਮਾਂ ਹੋਰ ਸੀ, ਹੁਣ ਸਮਾਂ ਬਦਲ ਚੁੱਕਿਆ ਵਾ। ਇਸ ਕਰਕੇ ਸਾਡੀ ਇਹੀ ਬੇਨਤੀ ਆ ਵੀ ਤੁਸੀਂ ਵੀ ਇਸ ਵੀਡੀਓ ਨੂੰ ਸ਼ੇਅਰ ਕਰਿਓ ਆਪਣੇ ਆਸ ਪਾਸ, ਜੇ ਕੋਈ ਲੋੜਵੰਦ ਹੈ ਤਾਂ ਉਹਦੀ ਮਦਦ ਲਈ ਅੱਗੇ ਆਓ। ਅਸੀਂ ਵੀ ਸਾਥ ਦੇਵਾਂਗੇ, ਅਸੀਂ ਤੁਹਾਡੇ ਨਾਲ ਹਾਂ। ਆਪਾਂ ਉਹਨੂੰ ਠੀਕ ਕਰ ਸਕਦੇ ਹਾਂ, ਉਸ ਵੀਰ ਨੂੰ ਕੋਈ ਮਹੀਨਾ 2 ਮਹੀਨੇ ਰੱਖਣ ਦੀ ਲੋੜ ਆ। ਅਸੀਂ ਆਪਣੇ ਕੋਲ 2 ਮਹੀਨੇ ਰੱਖ ਕੇ ਉਹਨੂੰ ਦਵਾਈ ਸ਼ੁਰੂ ਕਰਾਵਾਂਗੇ। ਉਹ ਜਦੋਂ ਨੋਰਮਲ ਹੋ ਜੂ, ਅਗਰੈਸਿਵ ਨਾ ਹੋ, ਗੁੱਸਾ ਹੁਣ ਹਟ ਜੂਗਾ, ਉਦੋਂ ਉਹ ਵਾਪਸ ਆ ਸਕਦਾ। ਅਤੇ ਇੱਦਾਂ ਹੀ ਅਸੀਂ ਇਹਨੂੰ ਬੱਗੇ ਵੀਰ ਨੂੰ ਵੀ ਅਸੀਂ ਇਹੀ ਬੇਨਤੀ ਕੀਤੀ ਆ। ਇਹਦੇ ਨਗਰ ਦੇ ਵੀਰਾਂ ਦੇ ਸਾਹਮਣੇ ਸਾਰੇ ਨਗਰ ਦੇ ਬਹੁਤ ਵਾਰ ਵੀਰ ਖੜ੍ਹੇ ਨੇ, ਮੈਂਬਰ ਪੰਚਾਇਤ, ਸਰਪੰਚ ਸਾਹਿਬ ਹੁਣੀ, ਅਤੇ ਇਹਨਾਂ ਨੇ ਵੀ ਸਾਰਿਆਂ ਨੇ ਸਾਡੇ ਨਾਲ ਇਸ ਗੱਲ ਦੀ ਸਹਿਮਤੀ ਦਿੱਤੀ ਆ ਵੀ ਅਸੀਂ ਕਾਲਾ ਸਿੰਘ ਵੀਰ ਦੀ ਜਿਹੜੀ ਮਦਦ ਕਰ ਸਕੀਏ। ਅਤੇ ਕਾਲਾ ਸਿੰਘ ਵੀਰ ਜਦੋਂ ਕਹਿੰਦੇ ਦੱਸਦੇ ਆ ਵੀ ਕਈ ਵਾਰੀ ਜਦੋਂ ਗੁੱਸੇ 'ਚ ਆ ਜਾਂਦਾ ਉਦੋਂ ਤਾਂ ਗੁੱਸਾ ਕਰਦਾ ਨਹੀਂ, ਜਦੋਂ ਸ਼ਾਂਤ ਹੁੰਦਾ ਤਾਂ ਆਪਦਾ ਚੰਗਾ ਵਧੀਆ ਸ਼ਾਂਤੀ ਨਾਲ ਬੈਠਾ ਰਹਿੰਦਾ, ਆਪਦੇ ਮੰਜੇ 'ਤੇ ਰੋਟੀ ਪਾਣੀ ਛੱਕਦਾ, ਬੱਗਾ ਸਿੰਘ ਪ੍ਰਸ਼ਾਦਾ ਪਾਣੀ ਦੇ ਦਿੰਦਾ, ਇਹ ਟੋਇਲਟ ਕਰ ਦਿੰਦਾ ਇੱਥੇ ਕੜਾਹੀਏ ਦੇ ਵਿੱਚ, ਅਤੇ ਕੜਾਹੀਆ ਜਿਹੜਾ ਚੱਕ ਕੇ ਬੱਠਲ ਉਹ ਬਾਹਰ ਰੱਖ ਦਿੰਦੇ ਆ। ਅਤੇ ਕਾਲਾ ਸਿੰਘ ਵੀਰ, ਕਾਲੇ ਵੀਰੇ ਠੀਕ ਆ, ਲੈ ਕੇ ਚੱਲੀਏ ਤੈਨੂੰ ਨਾਲ ਘੁੰਮਣ, ਚੱਲੀਏ ਵਾਂਡੇ, ਵਾਂਡੇ ਜਾਣਾ ਹੈ ਬਾਈ, ਵਾਂਡੇ ਚੱਲੀਏ ਵਾਂਡੇ। ਬਾਈ ਇਹਦਾ ਮੱਥਾ ਕਾਲਾ ਕਾਲਾ ਜਿਹਾ ਕਾਹਤੋਂ ਹੋਇਆ ਹੋਇਆ, ਸ਼ੁਰੂ ਤੋਂ ਹੀ ਸੀਗਾ ਪਹਿਲਾਂ ਤੋਂ ਹੀ ਆ। ਨਹੀਂ ਨਹੀਂ ਕੁਛ, ਇਹ ਤਾਂ ਮਾਸ ਹੀ ਕਾਲਾ ਹੋ ਗਿਆ। ਅਤੇ ਆ ਸੰਗਲੀ ਅਤੇ ਆ ਜਿੰਦੀ ਪਿਛਲੇ 12-15 ਸਾਲਾਂ ਤੋਂ, 18 ਸਾਲਾਂ ਤੋਂ ਇਹਦੀ ਜ਼ਿੰਦਗੀ ਦਾ, ਕਾਲਾ ਸਿੰਘ ਦੀ ਦਾ ਇੱਕ ਹਿੱਸਾ ਬਣੀ ਹੋਈ ਹੈ ਇਹ। ਤੇ ਬਾਈ ਦੱਸਦੇ ਆ ਵੀ ਇਹ ਪੜ੍ਹਿਆ ਲਿਖਿਆ ਬੰਦਾ, ਐਨਕਾਂ ਉਨਕਾਂ ਲਾ ਕੇ ਵਧੀਆ ਕੱਪੜੇ ਪਾ ਕੇ ਘੁੰਮਦਾ ਹੁੰਦਾ ਸੀ। ਲੋਕ ਇਹਨੂੰ ਬਲੈਤੀਆ ਕਹਿੰਦੇ ਹੁੰਦੇ ਸੀਗੇ, ਬਲੈਤੀਆ। ਅਤੇ ਯਾਨੀ ਕਿ ਇੱਕ ਵਧੀਆ ਟੋਹ ਟੱਪਾ ਸੀ, ਫੈਕਟਰੀ 'ਚ ਕੰਮ ਕਰਦਾ ਸੀ, ਜੋਬ ਕਰਦਾ ਸੀ, ਮੂਹਰਲੀ ਬੈਠ ਕੇ ਜਿਹਨੇ ਗਾਣੇ ਗੁਣੇ ਲਾ ਕੇ ਡੈੱਕ ਲਾਇਆ ਹੁੰਦਾ ਸੀ, VCR ਲਿਆ ਕੇ ਲਾ ਲੈਣਾ, ਫਿਲਮਾਂ ਦੇਖਣੀਆਂ। ਯਾਨੀ ਕਿ ਉਸ ਸਮੇਂ ਦੀਆਂ ਜਿਹੜੀਆਂ ਨੌਜਵਾਨਾਂ ਦੀਆਂ ਕਹਿ ਦਈਏ ਖੁਆਇਸ਼ਾਂ ਹੁੰਦੀਆਂ ਸੀ ਜਾਂ ਉਹਨਾਂ ਦੀਆਂ ਆਦਤਾਂ ਹੁੰਦੀਆਂ ਸੀ, ਉਹ ਸਾਰੀਆਂ ਹਟਾਉਂਦਾ ਸੀ। ਸਰਪੰਚ ਸਾਹਿਬ ਤੁਸੀਂ ਦੇਖਿਆ ਇਹਨੂੰ ਇੱਦਾਂ? ਬਿਲਕੁਲ ਜੀ, ਪੂਰਾ ਟੋਹਰੀ ਬੰਦਾ ਸੀ। ਅੱਛਾ ਜੀ, ਅਸੀਂ ਇਹਨੂੰ ਜਿੱਦਾਂ ਕਹਿੰਦੇ ਬਲੈਤੀਆ ਸਾਡੇ ਹੁੰਦੇ ਨੇ। ਅੱਛਾ, ਬਲੈਤੀਆ ਕਹਿੰਦੇ ਸੀ, ਸਕੂਟਰ ਤੇ ਜਾਂਦਾ ਹੁੰਦਾ ਸੀ, ਐਨਕਾਂ ਲਾ ਕੇ ਬਜਾਜ ਸਕੂਟਰ ਤੇ ਇਹਨੇ ਗੇੜੀ ਗੁੜੀ ਦੇਣੀ। ਤੇ ਪਰ ਅੱਜ ਕਿੰਨੇ ਸਾਲ ਹੋ ਗਏ ਆ ਇਸ ਹਾਲਾਤ ਦੇ ਵਿੱਚ ਇਹਨੂੰ, ਕਾਲਾ ਸਿੰਘ ਨੂੰ, ਸਮਾਂ ਕਿੱਦਾਂ ਗੁਜ਼ਰਦਾ ਗਿਆ, ਕਾਲਾ ਸਿੰਘ ਕਿਸ ਤਰ੍ਹਾਂ ਇੱਦਾਂ ਜ਼ਿੰਦਗੀ ਦੇ ਵਿੱਚ ਇਹਨਾਂ ਹਾਲਾਤਾਂ ਦੇ ਵਿੱਚ ਜ਼ਿੰਦਗੀ ਕੱਟਦਾ ਗਿਆ, ਇਹ ਵੀ ਇੱਕ ਆਪਣੇ ਆਪ ਦੇ ਵਿੱਚ ਇੱਕ ਬੜੀ ਕਹਿ ਦਈਏ ਦੁਖਦਾਈ ਜੀ ਦਾਸਤਾਂ ਵਾ। ਪਰ ਸਾਡੇ ਪੰਜਾਬ ਦੇ ਵਿੱਚ ਇਹ ਹਾਲਾਤ ਪੈਦਾ ਹੋਏ ਹੋਏ ਨੇ, ਸਾਡੇ ਪੰਜਾਬ ਦੇ ਵਿੱਚ ਸਿੰਗਰਾਂ ਨਾਲ ਬੰਨ੍ਹ ਬੰਨ੍ਹ ਕੇ ਰੱਖਣਾ ਪੈ ਰਿਹਾ ਲੋਕਾਂ ਨੂੰ, ਇਹ ਸਾਡੇ ਲਈ ਬੜੀ ਸ਼ਰਮ ਅਤੇ ਦੁੱਖ ਦੀ ਗੱਲ ਆ। ਸਾਡੀਆਂ ਸਰਕਾਰਾਂ ਵੀ ਇਹਦੇ ਵਿੱਚ ਕੁਛ ਨਹੀਂ ਕਰ ਪਾ ਰਹੀਆਂ, ਕੋਈ ਸਿਸਟਮ ਨਹੀਂ ਸਾਡੇ ਕੋਈ ਕੰਮ ਕਰ ਰਿਹਾ ਇਹਦੇ ਵਾਸਤੇ ਵੀ ਕੋਈ ਪਰਿਵਾਰ ਜਿੱਥੋਂ ਮਦਦ ਲੈ ਸਕਣ ਇਹਨਾਂ ਹਾਲਾਤਾਂ ਦੇ ਵਿੱਚ। ਅਤੇ ਬਸ ਸਾਡੀ ਇਹੀ ਬੇਨਤੀ ਆ ਸੰਗਤ ਨੂੰ, ਅਵੇਅਰ ਹੋਵੋ, ਆਪਾਂ ਆਪ ਸਾਰੇ ਰਲ ਕੇ ਇੱਕ ਚੰਗਾ ਸਮਾਜ ਸਿਰ ਸਕਦੇ ਹਾਂ ਜੇ ਆਪਾਂ ਸਾਰੇ ਆਪਣੀਆਂ ਜ਼ਿੰਮੇਵਾਰੀਆਂ ਚੱਕੀਏ ਤਾਂ। ਬਸ ਇੰਨੀਆਂ ਕੀ ਬੇਨਤੀਆਂ ਜੀ, ਕਾਲਾ ਸਿੰਘ ਬਾਈ ਦੀ ਸਿਰ ਜਾਬੀ ਲਈ ਸਾਰੇ ਅਰਦਾਸ ਕਰਿਓ, ਅਤੇ ਅਸੀਂ ਪਰਿਵਾਰ ਨਾਲ ਗੱਲ ਕਰਦੇ ਹਾਂ, ਜੇ ਤਾਂ ਐਗਰੀ ਹੋਏ ਤਾਂ ਅਸੀਂ ਲੈ ਕੇ ਜਾਵਾਂਗੇ, ਨਹੀਂ ਤਾਂ ਵੀਰ ਬਾਈ ਦੱਸਦੇ ਆ ਵੀ ਸੋਮਵਾਰ ਨੂੰ ਇਹ ਸਾਡੇ ਕੋਲ ਸਰਪੰਚ ਸਾਹਿਬ ਮੌਜੂਦਾ ਮੌਕੇ 'ਤੇ ਨੇ, ਇਹ ਕਹਿੰਦੇ ਅਸੀਂ ਨਾਲ ਲੈ ਕੇ ਕਾਲਾ ਸਿੰਘ ਨੂੰ ਆਵਾਂਗੇ, ਉੱਥੋਂ ਇਹਦਾ ਟ੍ਰੀਟਮੈਂਟ ਸ਼ੁਰੂ ਕਰਵਾਵਾਂਗੇ। ਰੇਸ਼ਮ ਸਿੰਘ ਬਾਈ ਦਾ ਧੰਨਵਾਦ ਆ ਜਿਹੜੇ ਬਾਈ ਨੇ ਸਾਨੂੰ ਵੀਡੀਓ ਭੇਜੀ, ਅਤੇ ਨਹੀਂ ਤਾਂ ਰਿਸ਼ਤੇਦਾਰ ਵੀ ਡਰਦੇ ਦੱਸਦੇ ਨੇਗੇ
ਇਹੀ ਸੋਚੀ ਜਾਂਦੇ ਆ ਵੀ ਛੱਡੋ ਆਪਾਂ ਕੀ ਲੈਣਾ, ਆਪਣੇ ਨਾਲ ਕਿਤੇ ਗੁੱਸੇ ਹੋ ਜਾਣ। ਆਪਦੀ ਜ਼ਿੰਮੇਵਾਰੀ ਸਾਰਿਆਂ ਨੂੰ ਅਦਾ ਕਰਨੀ ਚਾਹੀਦੀ ਆ। ਜਿੱਦਾਂ ਸਾਡੇ ਵੱਡ ਵਡੇਰੇ ਕਰਦੇ ਸੀ, ਉਹ ਗਰੀਬ ਦੇ ਹਾਮੀ ਬਣਦੇ ਸੀ, ਲੋੜਵੰਦ ਦਾ ਸਾਥ ਦਿੰਦੇ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਵੀ ਕਾਲੇ ਵੀਰੇ ਚੱਲੀਏ, ਚੱਲੀਏ ਕਿਹੜਾ ਦੇਣ, ਬਾਂਡੇ ਨੂੰ ਚੱਲੀਏ, ਲਿਆ ਖੋਲ ਦਈਏ ਫਿਰ ਸੰਗਲੀ।